सत श्री अकाल जी सारिआं नूं, स्वागत है एक नवीं वीडियो च। ते एक DI 35 आया जी अपने कोल, बेस मॉडल आ जी इह, ते सेंटर गेयर आ जी। बाकी उही आ टायर 13-6-28 दे आ, फरंट वाले 6-16 दे आ जी। ते जी इह सिंपल जिही आ, लाइटां वी सिंपल आ इहनूं, ते सिंगल डिस्ट्रीब्यूटर है जी। ते कलस्टर का भी फर्क है, तो बैटरी बॉक्स भी साइड पर दिता हुआ। तो जी ये 39 कैटेगरी का ट्रैक्टर है, HDM हैवी ड्यूटी माइलेज। तो जी ये ट्रैक्टर अज देना डिलीवर करना कस्टमर नूं, भी बुक होया हुआ है। तो बाकी तो होर कोई फर्क नहीं होंदा जी। तो बेस मॉडल के टॉप मॉडल च LED लाइटां, कलस्टर, तो बंपर का ही फर्क होंदा, बाकी वही होंदा सेम। ये बेस मॉडल है, ये सेंटर च गेयर आ, तो लाइटां इहनूं इदां दीआं सिंपल आंदियां। तो बाकी जी कल नूं या परसों एक टाइगर ट्रैक्टर का डेमो आना 64x4 कंपनी वालों, भी वीडियो जरूर बनावांगे उहदी भी। डेमो देना किसी पिंड, 10 फुट रूटावेटर होगा नाल, सो उहदी भी वीडियो जरूर पावांगे चैनल ते। जे किसी भी ने चैनल नूं सबसक्राइब नहीं किया तो सबसक्राइब कर लो जाके, ते वीडियो नूं लाइक कर दिओ जरूर। ते जी मैं पहला भी बहुत वीडियो पाईआं होईआं, ते पुराने ट्रैक्टर खड़े आ इंडो फार्म वाले वीरां कोल, अपने नाले आ जी एजेंसी है। कम से कम 12-13 ट्रैक्टर खड़े आ जी पुराने, सो जो कोई भी जे कोई वीर लेना चाहुंदा है तो नीचे नंबर पा दूंगा मैं, संपर्क कर सकते हैं। वो सारी खड़े जी, फार्म ट्रैक, स्वराज, सोनालिका, महिंद्रा, फोर्ड भी खड़ा जी एक, ते एक न्यू लैंड खड़ा जी 4710, बहुत ही वधिया कंडीशन जी खड़े आ। सो नीचे नंबर पा दूंगा मैं, वो कॉल कर लियो जी। तो जी अगली वीडियो च एक क्लिप ऐड करन लगे DigiTrack ट्रैक्टर, वो देखियो जरूर। चलो भाई हुण भाई स्टार्ट करूगा ट्रैक्टर, करियो माड़ा जी चेक वाया ट्रैक्टर की। भाई स्टार्टिंग बहुत सोहनी लगी ट्रैक्टर की, इंजन भी जमा ही साइलेंट जहा इंजन, इन्नी आवाज नहीं हैगी ट्रैक्टर की। जो मेरे माड़ी रेस दौ ट्रैक्टर की, भाई गड्डी वर्गी आवाज है ट्रैक्टर की, कर दो मेरे बंद। मेरा सुपर सीडर से चलाया ट्रैक्टर, ਕਿਵੇਂ ਚੱਲਦਾ? ਵਧੀਆ ਚੱਲਦਾ ਹੈ ਨਾ? ਵਧੀਆ ਚੱਲਦਾ ਜੀ। ਠੀਕ ਆ, ਲੋਡ ਲੂਡ ਤਾਂ ਨਹੀਂ ਮੰਨਦਾ? ਨਹੀਂ, ਲੋਡ ਨਹੀਂ ਹੈ ਬਿਲਕੁਲ। ਹਾਂ ਆਇਆ ਚੱਲ ਰਿਹਾ ਜਿੱਦਾਂ ਵੀ ਨਾਰਮਲ ਚੱਲ ਰਿਹਾ। ਠੀਕ ਆ, ਖੜਾ ਵੀ ਘੱਟ ਹੁੰਦਾ ਹੋਣਾ ਟਰੈਕਟਰ ਇਹ? ਹਾਂਜੀ ਖੜਾ ਵੀ ਘੱਟ ਹੁੰਦਾ, ਹੁਣ ਵੇਟ ਬਹੁਤ ਹੈ ਸੁਪਰ ਸੀਡਰ ਦਾ ਜੀ, ਅੱਛਾ ਉਹਦੇ ਕਰਕੇ ਫਿਰ ਵੇਟ ਪਾਣਾ ਹੀ ਪੈਂਦਾ ਜੀ। ਹਾਂ ਵੇਟ ਤਾਂ ਪਾਉਣਾ ਪੈਂਦਾ, ਇਹ ਸ਼ਕਤੀਮਾਨ ਦੇ ਕੋ ਸੂਮ ਵੀ ਭਾਰੇ ਆ ਦੂਜਾ। ਹਾਂਜੀ ਬਹੁਤ ਵੇਟ ਬਹੁਤ ਹੈ ਇਹਨਾਂ ਦਾ। ਠੀਕ ਆ ਠੀਕ ਆ, ਜਿਹੜੇ ਆਮ ਸੁਪਰ ਸੀਡਰ ਲੈਂਦੇ ਉਹ 9 ਕੁਇੰਟਲ ਦੇ ਤਕਰੀਬ ਹੁੰਦਾ ਜੀ। ਹਾਂ ਇਹ ਕੱਲਾ ਹੀ ਮੇਰੇ ਨਾਲ 11 ਕੁਇੰਟਲ ਦਾ, ਇਹ ਸਾਡੇ 11 ਕੁਇੰਟਲ 60 ਕਿਲੋ ਦਾ ਜੀ। ਫਿਰ 11 ਕੁਇੰਟਲ 60 ਕਿਲੋ ਸੁਪਰ ਸੀਡਰ ਹੋ ਗਿਆ। ਪਾ ਕੇ ਜੀ ਕੁਇੰਟਲ ਮਿੱਟੀ, 1.5 ਕੁਇੰਟਲ ਮਿੱਟੀ ਲੱਗ ਜਾਂਦੀ ਹੈ, ਮਿੱਟੀ ਲੱਗ ਜਾਂਦੀ। ਹਾਂ ਉਹਦੇ ਬਾਅਦ ਫਿਰ ਬੀਜ। ਕਿਹੜਾ ਪਿੰਡ ਹੈ ਵੀਰੇ ਆਪਣਾ? ਆਪਣਾ ਪਿੰਡ ਹੈ ਲੱਗ ਜੀ ਗੋਬਿੰਦਪੁਰ। ਅੱਛਾ ਗੋਬਿੰਦਪੁਰ ਆ, ਇਹਦਾ ਵੀਰੇ ਮੇਰਾ ਟਰੈਕਟਰ ਮੇਰੇ ਹਿਸਾਬ ਨਾਲ ਆਰਡਰ ਤੇ ਆਨਲਾਈਨ ਹੀ ਆਉਂਦੇ ਆ? ਹਾਂਜੀ ਆਨਲਾਈਨ ਹੀ ਆਉਂਦੇ। ਅੱਛਾ ਮੈਂ ਇਹਨਾਂ ਦਾ ਦੁਆ ਡੀਲਰਸ਼ਿਪ ਖਤਮ ਕਰਤਾ ਜੀ, ਡੀਲਰ ਨਹੀਂ ਹੈ ਜੀ ਇਹਨਾਂ ਦਾ। ਅੱਛਾ ਡੀਲਰ ਨਹੀਂ ਹੈਗਾ। ਹਾਂ ਬਸ ਇਹਨਾਂ ਦੇ ਸਰਵਿਸ ਸੈਂਟਰ ਹੀ ਹੈ ਜੀ, ਤੇ ਤੁਹਾਨੂੰ ਤੁਸੀਂ ਫੋਨ ਕਰਨਾ ਜੀ ਇਹਨਾਂ ਨੂੰ। ਅੱਛਾ ਜੀ, ਉਹ ਖੇਤਾਂ 'ਚ ਆ ਕੇ ਕਰਦੇ ਸਰਵਿਸ ਜੀ। ਠੀਕ ਹੈ ਠੀਕ ਹੈ, ਮਤਲਬ ਕਿ ਆਪਾਂ ਨੂੰ ਇਹ ਟਰੈਕਟਰ ਇਹਦਾ ਕੀ ਪ੍ਰੋਸੈਸ ਆ ਤੁਹਾਨੂੰ ਪਤਾ ਹੈ ਆਨਲਾਈਨ ਮੰਗਵਾਉਣ ਦਾ?
अच्छा अच्छा ਤੁਸੀਂ ਮੈਨੂੰ ਕਿਸੇ ਨੂੰ ਕਹਿ ਕੇ ਮੰਗਵਾਇਆ ਹੋਣਾ ਅੱਛਾ ਕਹਿ ਕੇ ਮੰਗਵਾਇਆ ਹੋਣਾ ਠੀਕ ਹੈ ਜਿਹੜਾ ਮੈਨੂੰ ਨੌਲੇਜ ਹੈ ਜੀ ਉਹਨਾਂ ਦੇ ਮੈਂ ਸਰਵਿਸ ਸੈਂਟਰ ਤੇ ਗਏ ਜੀ ਉੱਥੇ ਓਕੇ ਓਕੇ ਤੁਸੀਂ ਉੱਥੇ ਜਾ ਕੇ ਟਰੈਕਟਰ ਦੇਖਿਆ ਹੋਣਾ ਪਹਿਲਾਂ ਨਹੀਂ ਟਰੈਕਟਰ ਹੈ ਨਹੀਂ ਉੱਥੇ ਜਾ ਕੇ ਮਤਲਬ ਫਾਰਮ ਫੁਰ ਉਹਨਾਂ ਦੇ ਥਰੂ ਭਰਾਏ ਠੀਕ ਹੈ ਤੁਸੀਂ ਪਹਿਲਾਂ ਮਤਲਬ ਕਿ ਚੱਲਦਾ ਹੀ ਦੇਖਿਆ ਹੋਣਾ ਕਿਤੇ ਟਰੈਕਟਰ ਨਹੀਂ ਚੱਲਦਾ ਵੀ ਨਹੀਂ ਦੇਖਿਆ ਆਪਾਂ ਠੀਕ ਹੈ ਕਿੰਨੇ ਘੰਟੇ ਚਲਾਤਾ ਵੀਰੇ ਇਹ ਚੱਲ ਗਿਆ ਹੋਣਾ ਜੀ 50 ਘੰਟੇ ਇਹ ਮਤਲਬ ਕਿ ਇਹਦਾ ਮਤਲਬ ਹੈ ਨਵਾਂ ਹੀ ਹੈ ਟਰੈਕਟਰ ਹਾਂਜੀ ਨਵਾਂ ਹੈ ਇਹ ਪਹਿਲੀ ਸਰਵਿਸ ਹੋਣੀ ਹੈ ਹੁਣ ਠੀਕ ਹੈ ਠੀਕ ਹੈ ਠੀਕ ਹੈ ਕਿਉਂਕਿ ਭਾਈ ਆਪਣੇ ਹੈ ਨਹੀਂ ਨਾ ਟਰੈਕਟਰ ਬਹੁਤ ਘੱਟ ਹੈ ਇਹ ਬਹੁਤ ਘੱਟ ਹੈ ਜੀ ਰੋਪੜੇ ਇਲਾਕੇ ਚ ਦੇਖੇ ਆਪਣੇ ਹੈ ਨਹੀਂ ਇਧਰ ਹੋਰ ਏਰੀਆ ਚ ਦੇਖਦੇ ਆ ਇਧਰ ਪਹਿਲਾ ਚੌਰ ਸਾਈਡ ਚੱਲ ਜੇ ਉਧਰ ਹੈ ਜੀ ਕਾਫੀ ਟਰੈਕਟਰ ਉਧਰ ਹੈਗਾ ਹਾਂ ਠੀਕ ਹੈ ਠੀਕ ਹੈ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਸੀ ਭਾਈ ਜੇ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਚੈਨਲ ਵੀ ਜਰੂਰ ਸਬਸਕ੍ਰਾਈਬ ਕਰਿਓ ਜੀ ਸੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ ਭਾਈ ਸਾਰਿਆਂ ਦਾ ਜੀ।